ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨਮੋਹੜ ਦੇਖੋ ਫੋਰੈਸਟ ਗਾਰਡ ਦੇ ਇਗਜ਼ਾਮ ਦੀ ਡੇਟ ਨੇੜੇ ਆ ਚੁੱਕੀ ਹੈ ਤਾਂ ਕਰਕੇ ਆਪਣੇ ਕੋਲ ਬਿਲਕੁਲ ਟਾਈਮ ਨਹੀਂ ਹੈ ਕਿ ਆਪਾਂ ਥਿਊਰੀ ਵਿੱਚ ਵੇਸਟ ਕਰੀਏ ਕਈ ਨੂੰ ਮੈਂ ਤੁਹਾਨੂੰ ਦਵਾ-ਦਵ ਹਰ ਟੌਪਿਕ ਦੇ ਰਿਗਾਰਡਿੰਗ ਸਿਰਫ 1 ਲਾਈਨਰ ਕੁਐਸਚਨ ਕਵਰ ਕਰਵਾਇਆ ਜਨਾ ਐਨਾ ਕੁਐਸਚਨਾਂ ਨੂੰ ਧਿਆਨ ਨਾਲ ਮਾਈਂਡ ਵਿੱਚ ਸੈੱਟ ਕਰ ਲਓ ਰਾਈਟ ਡਾਊਨ ਕਰ ਲਓ ਤੇ ਪੜ੍ਹ ਲਓ ਓਕੇ ਇਗਜ਼ਾਮ ਦੇਣ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਇਹਨਾਂ ਕੁਐਸਚਨਾਂ ਨੂੰ ਪੜ੍ਹ ਲਓ ਸਾਰਾ ਕੁਝ ਆਟੋਮੈਟਿਕ ਮਾਈਂਡ ਵਿੱਚ ਸੇਵ ਹੋ ਜਾਵੇਗਾ ਠੀਕ ਹੈ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਆਪਾਂ ਥਿਊਰੀ ਵਿੱਚ ਤੇ ਹੋਰ ਫालतू ਦੀਆਂ ਗੱਲਾਂ ਵਿੱਚ ਆਲਰੇਡੀ ਆਪਾਂ ਕਰ ਦਿੱਤਾ ਹੈ ਨਾ ਤੇ ਹੁਣ ਕੁਐਸਚਨ ਨੰਬਰ ਸਪੋਰਟਸ ਦੇ ਰਿਗਾਰਡਿੰਗ ਕਰ ਲਈਨੇ ਵੈਰੀ ਇੰਪੋਰਟੈਂਟ ਕੁਐਸਚਨ ਆ ਦੋਸਤੋ ਕਿਉਂਕਿ ਮੇਨਲੀ ਐਗਜ਼ਾਮਸ ਨੇ ਜਿਹੜੇ ਹੋਏ ਨੇ ਜਿਹੜੇ ਵੀ ਹੋਰ ਨੇ ਸਪੋਰਟਸ ਦੇ ਰਿਗਾਰਡਿੰਗ ਜਿਹੜੇ ਇਸ ਟਾਈਪ ਦੇ ਕੁਐਸਚਨ ਹੀ ਪੁੱਛੇ ਜਾ ਰਹੇ ਨੇ ਤਾਂ ਕਰਕੇ ਰੱਟ ਲਓ ਓਕੇ ਕੁਐਸਚਨ ਨੰਬਰ 1 ਕੀ ਦੀ ਗੱਲ ਕਰੀਏ 36ਵਾਂ ਰਾਸ਼ਟਰੀ ਖੇਡ ਕਿਸ ਰਾਜ ਵਿੱਚ ਆਯੋਜਿਤ ਕੀਤੀਆਂ ਗਈਆਂ ਸਨ 36ਵੇਂ ਨੈਸ਼ਨਲ ਗੇਮਸ ਹੋਈਆਂ ਸੀ ਠੀਕ ਹੈ ਕਿਸ ਰਾਜ ਵਿੱਚ ਹੋਈ ਸੀ ਅਹਮਦਾਬਾਦ ਗੁਜਰਾਤ ਵਿੱਚ ਹੋਈਆਂ ਸੀ ਠੀਕ ਹੈ ਵੈਰੀ ਇੰਪੋਰਟੈਂਟ ਕੁਐਸਚਨ ਹੈ ਕੁਐਸਚਨ ਨੰਬਰ 2 ਦੀ ਗੱਲ ਕਰੀਏ 36ਵੀਂ ਰਾਸ਼ਟਰੀ ਖੇਡ ਦਾ ਥੀਮ ਗੀਤ ਕੀ ਸੀ ਅਤੇ ਇਹ ਕਿਸ ਦੁਆਰਾ ਗਾਇਆ ਗਿਆ ਸੀ ਦੇਖੋ ਕੋਈ ਵੀ ਗੇਮ ਸਟਾਰਟ ਹੁੰਦੀ ਹੈ ਨਾ ਆਪਾਂ ਦੇਖਦੇ ਹੁੰਦੇ ਹਾਂ ਉਸ ਦਾ ਇੱਕ ਥੀਮ ਗੀਤ Song ਤਿਆਰ ਕੀਤਾ ਜਾਂਦਾ ਠੀਕ ਹੈ ਉਸ ਦਾ ਨਾਮ ਕੀ ਸੀ ਜੁੜੇਗਾ ਇੰਡੀਆ ਜیتےਗਾ ਇੰਡੀਆ ਤੇ ਕਿਸ ਦੁਆਰਾ ਗਾਇਆ ਗਿਆ ਸੀ ਇਹ ਸੁਖਵਿੰਦਰ ਸਿੰਘ ਦੁਆਰਾ ਗਾਇਆ ਗਿਆ ਸੀ ਸਬਦ ਕੁਐਸਚਨ ਨੰਬਰ 3 ਦੀ ਗੱਲ ਕਰੇ 36ਵੀਂ ਰਾਸ਼ਟਰੀ ਖੇਡਾਂ ਕਦੋਂ ਕਰਵਾਈਆਂ ਗਈਆਂ ਸੀ ਦੇਖੋ ਇਹ ਵੀ ਵੈਰੀ ਇੰਪੋਰਟੈਂਟ ਐਗਜ਼ਾਮ ਵਿੱਚ ਖੇਡਾਂ ਦੀ ਸਟਾਰਟਿੰਗ ਕਦੋਂ ਹੋਈ ਸੀ ਤੇ ਐਂਡ ਕਦੋਂ ਹੋਇਆ ਸੀ ਇਹ ਐਗਜ਼ਾਮ ਵਿੱਚ ਪੁੱਛੇ ਜਾਂਦੇ ਨੇ ਤਾਂ ਅਗਰ ਕਿ 29 ਸਤੰਬਰ ਨੂੰ ਇਹ ਸਟਾਰਟ ਹੋਈ ਸੀ ਤੇ 12 ਅਕਤੂਬਰ ਨੂੰ ਇਹ ਗੇਮਸ ਖਤਮ ਹੋ ਗਈਆਂ ਸੀ ਠੀਕ ਹੈ ਕੁਐਸਚਨ ਨੰਬਰ 4 ਦੀ ਗੱਲ ਕਰੀਏ 36ਵੀਂ ਰਾਸ਼ਟਰੀ ਖੇਡਾਂ ਦਾ ਸ਼ੁਭੰਕਰ ਕੀ ਸੀ ਸ਼ੁਭੰਕਰ ਮਤਲਬ ਕਿ ਮੋਟੋ ਹੁੰਦਾ ਇੱਕ ਲੋਗੋ ਹੁੰਦਾ ਠੀਕ ਹੈ ਸ਼ੁਭੰਕਰ ਦਾ ਮਤਲਬ ਤਾਂ ਇਹਨਾਂ ਰਾਸ਼ਟਰੀ ਖੇਡਾਂਵਾਂ ਦਾ ਕੀ ਸ਼ਬੰਕਰ ਸੀ ਸਵਾਜ ਜਿਹਨੂੰ ਆਪਾਂ ਗੁਜਰਾਤੀ ਵਿੱਚ ਗੁਜਰਾਤੀ ਵਿੱਚ ਲੈਂਗੁਏਜ ਵਿੱਚ ਸਮੂ ਸ਼ੇਅਰ ਕਹਿੰਦੇ ਨੇ ਮਤਲਬ ਕਿ ਇੰਡੀਅਨ ਲੈਂਗੁਏਜ ਵਿੱਚ ਸ਼ੇਅਰ ਕਹਿੰਦੇ ਨੇ ਤੇ ਗੁਜਰਾਤੀ ਵਿੱਚ ਸਵਾਜ ਕਹਿੰਦੇ ਨੇ ਠੀਕ ਹੈ ਜਿਸਦਾ ਮਤਲਬ ਸ਼ੇਅਰ ਹੁੰਦਾ ਇਸ ਵਾਰ ਕੁਐਸਚਨ ਨੰਬਰ 5 ਦੀ ਗੱਲ ਕਰੀਏ ਕਿਸ ਰਾਜ ਨੇ 36ਵੀਂ ਰਾਸ਼ਟਰੀ ਖੇਡਾਂ ਵਿੱਚ ਟਰੈਕ ਸਾਈਕਲਿਕ ਖੇਡਾਂ ਦੀ ਮੇਜਬਾਨੀ ਕੀਤੀ ਸੀ ਠੀਕ ਹੈ ਟਰੈਕ ਸੈਂਕਲਿੰਗ ਇਹ ਵਰਡ ਆ ਜਾਏ ਤਾਂ ਯਾਦ ਰੱਖਿਓ ਇਸ ਦੀ ਮੇਜਬਾਨੀ ਕਿਸ ਨੇ ਕੀਤੀ ਸੀ ਦਿੱਲੀ ਨੇ ਕਿਤੇ ਸੀ ਠੀਕ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 6 ਦੀ ਗੱਲ ਕਰੀਏ 36ਵੇਂ ਰਾਸ਼ਟਰੀ ਖੇਡਾਂ ਵਿੱਚ ਪਹਿਲੀ ਵਾਰ ਕਿਹੜੀ ਖੇਡ ਨੂੰ ਸ਼ਾਮਿਲ ਕੀਤਾ ਗਿਆ ਸੀ ਪਹਿਲੀ ਵਾਰ ਇੱਕ ਗੇਮ ਸ਼ਾਮਿਲ ਹੋਈ ਸੀ ਯੋਗਾਸਨ ਤੇ ਮਲਖਮੂਰੀ ਸੀ ਤੇ ਕਈ ਵਾਰ ਇਗਜ਼ਾਮ ਵਿੱਚ ਦੋਸਤੋ ਇਹ ਵੀ ਪੁੱਛ ਲਿਆ ਜਾਂਦਾ ਕਿ 36ਵੇਂ ਰਾਸ਼ਟਰੀ ਖੇਡਾਂ ਵਿੱਚ ਟੋਟਲ ਕਿੰਨੀਆਂ ਗੇਮਾਂ ਬਸ ਤੇ ਜਿਹੜੇ ਟੂਰਨਾਮੈਂਟ ਹੋਏ ਸੀ ਮਤਲਬ ਕਿ ਟੋਟਲ ਕਿੰਨੀਆਂ ਗੇਮਸ ਯਾਨੀ ਕਿੰਨੇ ਖੇਡਾਂ ਐਡ ਕੀਤੀ ਗਈ ਸੀ ਤਾਂ ਇਸ ਵਿੱਚ 36 ਖੇਡਾਂ ਹੀ ਇਨਕਲੂਡ ਸੀ ਠੀਕ ਹੈ ਯਾਦ ਰੱਖੋ ਇਹ ਵੀ ਕਈ ਵਾਰ ਇਗਜ਼ਾਮ ਵਿੱਚ ਪੁੱਛ ਲਿਆ ਜਾਂਦਾ ਸਵਾਲ ਕੁਐਸਚਨ ਨੰਬਰ 7 ਦੀ ਗੱਲ ਕਰੀਏ 36ਵੀਂ ਰਾਸ਼ਟਰੀ ਖੇਡਾਂ ਵਿੱਚ ਕਿਸ ਸਟੇਡੀਅਮ ਵਿੱਚ ਹੋਈਆਂ ਸੀ ਜਿਹੜੀ ਇਹ ਗੇਮ ਹੋਈ ਸੀ ਰਾਸ਼ਟਰੀ ਨੈਸ਼ਨਲ ਗੇਮਸ ਹੋਈਆਂ ਸੀ ਕਿਹੜੇ ਸਟੇਡੀਅਮ ਵਿੱਚ ਹੋਈ ਸੀ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਈ ਸੀ ਠੀਕ ਹੈ ਕਿੱਥੇ ਹੋਈ ਸੀ ਆਲਰੇਡੀ ਮੈਂ ਤੁਹਾਨੂੰ ਹੀ ਉੱਪਰ ਦੱਸ ਚੁੱਕਿਆ ਕੁਐਸਚਨ ਨੰਬਰ 8 ਦੀ ਗੱਲ ਕਰੀਏ 36ਵੀਂ ਰਾਸ਼ਟਰੀ ਖੇਡਾਂ ਵਿੱਚ ਸਭ ਤੋਂ ਵੱਧ ਤਗਮੇ ਕਿਸ ਨੇ ਜਿੱਤੇ ਇਹ ਆਲ ਤਗਮੇ ਆਲ ਮੈਡਲਸ ਦੀ ਗੱਲ ਹੋ ਰਹੀ ਹੈ ਚਾਹੇ 골ਡ ਹੋਵੇ ਚਾਹੇ ਬ੍ਰਾਊਨ ਹੋਵੇ ਚਾਹੇ ਕਾਸਾ ਤਗਮਾ ਹੋਵੇ ਠੀਕ ਹੈ ਤਾਂ ਸਭ ਤੋਂ ਜ਼ਿਆਦਾ ਤਗਮੇ ਮਹਾਰਾਸ਼ਟਰ ਨੇ ਜਿੱਤੇ ਸੀ ਠੀਕ ਹੈ ਯਾਦ ਰੱਖੋ 140 ਤਗਮੇ ਜਿੱਤੇ ਸੀ ਇਸ ਸਮੇਤ ਕੁਐਸਚਨ ਨੰਬਰ 9 ਦੀ ਗੱਲ ਕਰੀਏ 35ਵੀਂ ਰਾਸ਼ਟਰੀ ਖੇਡਾਂ ਕਿਸ ਸਾਲ ਵਿੱਚ ਆਯੋਜਿਤ ਕੀਤੀਆਂ ਗਈਆਂ ਸਨ ਮਤਲਬ 36ਵੀਂ ਤੋਂ ਪਹਿਲਾਂ ਸੀ ਪਹਿਲਾਂ ਜਿਹੜੀ ਹੋਈ ਸੀ ਉਹ ਕਿਹੜੀ ਸੀ 35ਵੀਂ ਨੰਬਰ ਦੀ ਗੇਮਸ ਸੀ ਇਹ ਕਦੋਂ ਆਯੋਜਿਤ ਹੋਈ ਸੀ 2015 ਵਿੱਚ ਹੋਈ ਸੀ ਠੀਕ ਹੈ ਕੁਐਸਚਨ ਨੰਬਰ 10 ਦੀ ਗੱਲ ਕਰੀਏ ਰਾਸ਼ਟਰੀ ਖੇਡ ਦਿਵਸ ਕਦੋਂ ਮਨਾਇਆ ਜਾਂਦਾ ਹੈ ਤਾਂ 20 ਅਗਸਤ ਨੂੰ ਮਨਾਇਆ ਜਾਂਦਾ ਹੈ ਮੇਜਰ ਧਿਆਨ ਚੰਦ ਦੇ ਜਨਮ ਦਿਨ ਦੇ ਮੌਕੇ ਤੇ ਇਹ ਦਿਨ ਸੈਲਿਬ੍ਰੇਟ ਕੀਤਾ ਜਾਂਦਾ ਹੈ ਕੁਐਸਚਨ ਨੰਬਰ 11 ਦੀ ਗੱਲ ਕਰੀਏ ਰਾਜੀਵ ગાંધી ਸਪੋਰਟਸ ਅਵਾਰਡ ਦਾ ਨਾਮ ਬਦਲ ਕੇ ਕਿਸ ਦੇ ਨਾਂ 'ਤੇ ਰੱਖਿਆ ਗਿਆ ਸੀ ਆ ਮੇਜਰ ਧਿਆਨ ਚੰਦ ਦੇ ਨਾਮ ਤੇ ਪਹਿਲਾਂ ਇਹਦਾ ਨਾਮ ਕੀ ਸੀ ਇਸ ਜਿਹੜਾ ਹੁਣ ਗੇਮ ਦੇ ਖੇਤਰ ਵਿੱਚ ਅਵਾਰਡ ਦਿੱਤਾ ਜਾਂਦਾ ਹੈ ਮੇਜਰ ਧਿਆਨ ਚੰਦ ਧਿਆਨ ਚੰਦ ਖੇਲ ਰਤਨਾ ਅਵਾਰਡ ਪਹਿਲਾਂ ਇਸ ਦਾ ਨਾਮ ਕੀ ਸੀ ਰਾਜੀਵ ગાંધી ਸਪੋਰਟਸ ਅਵਾਰਡ ਸੀ ਉਹਨੂੰ ਚੇਂਜ ਕਰਕੇ ਜਦਾ ਕੀ ਰਖਤਾ ਨਾਮ ਮੇਜਰ ਧਿਆਨ ਚੰਦ ਇਹ ਨਾ ਬੋਰਡ ਰੱਖ ਦਿੱਤਾ। ਅਗਸਰ ਨੰਬਰ 12 ਦੀ ਗੱਲ ਕਰੀਏ 7ਵੀਂ ਰਾਸ਼ਟਰੀ ਖੇਡਾਂ ਵਿੱਚ ਗੁਜਰਾਤ ਦੇ ਕਿਸ ਸ਼ਹਿਰ ਵਿੱਚ ਸਮਾਪਤ ਹੋਈਆਂ ਸੀ? ਇਹ ਗੇਮ ਸਮਾਪਤ ਕਿੱਥੇ ਹੋਈ ਸੀ? ਗੁਜਰਾਤ ਦੇ ਸੂਰਤ ਵਿੱਚ ਹੋਈ ਸੀ ਤੇ ਕਿਹੜੇ ਸਟੇਡੀਅਮ ਵਿੱਚ ਹੋਈ ਸੀ? ਕੈਮਰ ਐਗਜ਼ਾਮ ਵਿੱਚ ਇਹ ਵੀ ਪੁੱਛ ਲਿਆ ਜਾਂਦਾ ਕੁਐਸਚਨ ਤਾਂ ਦੀਨਦਿਆਲ ਸਟੇਡੀਅਮ ਵਿੱਚ ਹੋਈ ਸੀ ਉਹ। ਕਵੈਸਚਨ ਨੰਬਰ 13 ਦੀ ਗੱਲ ਕਰੀਏ 36ਵੀਂ ਰਾਸ਼ਟਰੀ ਖੇਡਾਂ ਨੂੰ ਸਮਾਪਤੀ ਸਮਾਰੋਹ ਕਿਸ ਦੀ ਪ੍ਰਧਾਨਗੀ ਹੇਟ ਹੋਈ ਸੀ ਜਦੋਂ ਇਹ ਗੇਮਾ ਸਮਾਪਤ ਹੋ ਰਹੀ ਸੀ ਤਾਂ ਉਸ ਟਾਈਮ ਕੌਣ ਆਇਆ ਸੀ ਮਤਲਬ ਕਿ ਕਿਹਦੀ ਪ੍ਰਧਾਨਗੀ ਹੇਟ ਹੋਈ ਸੀ ਜਗਦੀਪ ਤਨਕਰਦ ਪ੍ਰਧਾਨਗੀ ਹੇਟ ਹੋਈ ਸੀ ਜੋ ਕਿ ਭਾਰਤ ਦਾ ਉਪ ਪ੍ਰੈਜ਼ੀਡੈਂਟ ਹੈ ਠੀਕ ਹੈ ਵਾਈਸ ਪ੍ਰੈਜ਼ੀਡੈਂਟ ਹੈ ਕਰੰਟ ਵਾਈਸ ਪ੍ਰੈਜ਼ੀਡੈਂਟ ਹੈ ਠੀਕ ਹੈ ਇਸ ਤਰ੍ਹਾਂ ਕੁਐਸਚਨ ਨੰਬਰ 14 ਦੀ ਗੱਲ ਕਰੀਏ 36ਵੀਂ ਰਾਸ਼ਟਰੀ ਖੇਡਾਂ ਵਿੱਚ ਸਰਵੋਤਮ ਮਹਿਲਾ ਖਿਡਾਰੀ ਦਾ ਪੁਰਸਕਾਰ ਕਿਸ ਨੇ ਜਿੱਤਿਆ ਸੀ ਮਤਲਬ ਇਹ ਖੇਡਾਂ ਹੋਈਆਂ ਸੀ ਐਥਲੈਟਿਕ ਗੇਮਸ ਹੋਈਆਂ ਸੀ ਠੀਕ ਹੈ ਇਸ ਵਿੱਚ ਸਭ ਤੋਂ ਬੈਸਟ ਮਹਿਲਾ ਖਿਡਾਰੀ ਕੌਣ ਸੀ ਹਰਸ਼ਿਕਾ ਰਾਮਚੰਦਰਨ ਸੀ ਕਈ ਵਾਰ ਇਗਜ਼ਾਮ ਵਿੱਚ ਇਸ ਦੀ ਸਟੇਟ ਬਾਰੇ ਵੀ ਪੁੱਛ ਲਿਆ ਜਾਂਦਾ ਤਾਂ ਯਾਦ ਰੱਖਿਓ ਹਰਸ਼ਿਕਾ ਰਾਮਚੰਦਰ ਇਹਨਾਂ ਜੋ ਕਰਨਾਟਕਾ ਤੋਂ ਬਿਲੋਂਗ ਕਰਦੀ ਹੈ ਕੁਐਸਚਨ ਨੰਬਰ 15 ਦੀ ਗੱਲ ਕਰੀਏ 36ਵੀਂ ਰਾਸ਼ਟਰੀ ਖੇਡਾਂ ਵਿੱਚ ਸਰਵੋਤਮ ਪੁਰਸ਼ ਖਿਡਾਰੀ ਦਾ ਪੁਰਸਕਾਰ ਇਸ ਨੂੰ ਮਿਲਿਆ ਸੀ ਹੁਣ ਇਹਨਾਂ ਗੇਮਸ ਵਿੱਚ ਸਭ ਤੋਂ ਬੈਸਟ ਪੁਰਸ਼ ਖਿਡਾਰੀ ਕੌਣ ਸੀ 사ਜਨ ਪ੍ਰਕਾਸ਼ ਸੀ ਜੋ ਕਿ ਕੇਰਲਾ ਤੋਂ ਹੈ ਠੀਕ ਹੈ ਕੁਐਸਚਨ ਨੰਬਰ 16 ਦੀ ਗੱਲ ਕਰੀਏ 36 ਛਤਵੀਂ ਰਾਸ਼ਟਰੀ ਖੇਡਾਂ ਵਿੱਚ ਮੈਡਲ ਸੁੱਚ ਵਿੱਚ ਸਭ ਤੋਂ ਵੱਧ ਉੱਪਰ ਕੌਣ ਸੀ ਕਿਹੜੀ ਟੀਮ ਨੇ ਸਭ ਤੋਂ ਵੱਧ 골ਡ ਜਿੱਤਲੇ ਜਿੱਤੇ ਬਦਲੀ ਇਹ ਵਿਨਿੰਗ ਟੀਮ ਵੀ ਰਹੀ ਹੈ ਮਤਲਬ ਜਿਹੜੇ 골ਡ ਸਭ ਤੋਂ ਜ਼ਿਆਦਾ ਜਿੱਤਦਾ ਉਹੀ ਵਿਨਿੰਗ ਟੀਮ ਹੁੰਦੀ ਹੈ ਇਹ ਗੱਲ ਯਾਦ ਰੱਖਿਓ ਸਰਵਿਸਸਾਂ ਟੀਮ ਨੇ ਜਿਨੇ 61 골ਡ ਮੈਡਲ ਜਿੱਤੇ ਸੀ ਤੇ ਜਿਹੜੀ ਰਾਸ਼ਟਰੀ ਖੇਡਾ ਇਸ ਦਾ ਬਿਨਰ ਵੀ ਇਹੀ ਟੀਮ ਰਹੀ ਸੀ ਠੀਕ ਹੈ ਯਾਦ ਰੱਖਿਓ ਇਹ ਵੀ ਇਸ ਤੋਂ ਬਾਅਦ 17 ਨੰਬਰ ਕੁਐਸਚਨ ਦੀ ਗੱਲ ਕਰੀਏ 27ਵੀਂ ਰਾਸ਼ਟਰੀ ਖੇਡਾ ਕਿਸ ਰਾਜ ਵਿੱਚ ਹੋਣ ਗਿਆ ਹੁਣ ਛਤਵੀਂ ਤਾਂ ਦੇਖੋ ਹੋ ਚੁੱਕੀ ਹੈ ਅਕਤੂਬਰ ਵਿੱਚ ਖਤਮ ਹੋ ਚੁੱਕੀ ਹੈ ਹੁਣ 5 ਸਾਲਾਂ ਬਾਅਦ ਜਿਹੜੀ ਹੋਵੇਗੀ 27ਵੀਂ ਰਾਸ਼ਟਰੀ ਖੇਡਾ ਹੋਣਗੀ ਆ ਤਾਂ ਉਹ ਕਿੱਥੇ ਹੋਣਗੀ Goa ਵਿੱਚ ਇਹ ਗੇਮਸ ਹੋਣਗੇ ਇਸ ਤੋਂ ਬਾਅਦ ਤਾਂ 18 ਨੰਬਰ ਕੁਐਸਚਨ ਦੀ ਗੱਲ ਕਰੀਏ ਛਤਵੀ ਦਾਸਤਰੀ ਖੇਡਾਂ ਵਿੱਚ ਸਰਬੋਤਮ ਪ੍ਰਦਰਸ਼ਨ ਲਈ ਕਿਸ ਟੀਮ ਨੂੰ ਰਾਜਾ ਪੀਲਤਰ ਸਿੰਘ ਟਰੋਫੀ ਦਿੱਤੀ ਗਈ ਠੀਕ ਹੈ ਇਹ ਟਰੋਫੀ ਦਾ ਨਾਮ ਹੈ ਯਾਦ ਰੱਖਿਓ ਟਰੋਫੀ ਰਿਗਾਰਡਿੰਗ ਇਗਜ਼ਾਮ ਵਿੱਚ ਕਾਫੀ ਵਾਰ ਪੁੱਛਿਆ ਜਾਂਦਾ ਹੈ ਰਾਜਾ ਪੀਲਤਰ ਸਿੰਘ ਟਰੋਫੀ ਕਿਹੜੀ ਟੀਮ ਨੂੰ ਦਿੱਤੀ ਗਈ ਸੀ ਸਰਵਿਸਸ ਟੀਮ ਨੂੰ ਦਿੱਤੀ ਗਈ ਸੀ ਓਕੇ ਕੁਐਸਚਨ ਨੰਬਰ 19 ਦੀ ਗੱਲ ਕਰੀਏ ਕਿਸ ਭਾਰਤੀ క్రికెਟਰ ਨੂੰ ਹਾਲ ਹੀ ਵਿੱਚ ਮਾਲਦੀਵ ਸਰਕਾਰ ਦੁਆਰਾ ਸਪੋਰਟ ਆਈਕਨ ਦਾ ਖਿਤਾਬ ਦਿੱਤਾ ਗਿਆ ਭਾਰਤੀ ਕ੍ਰਿਕਟ ਹੈ ਕਿ ਨਹੀਂ ਦਿੱਤਾ ਮਾਲਦੀਵ ਸਰਕਾਰ ਨੇ ਦਿੱਤਾ ਪਰ ਕਿਹੜਾ ਸਪੋਰਟ ਸਪੋਰਟ ਪਰਸਨ ਉਹ சுரேਸ਼ ਰਾਇਨਾ ਨੂੰ ਇਹ ਅਵਾਰਡ ਦਿੱਤਾ ਗਿਆ ਇਸ ਬਾਅਦ ਕੁਐਸਚਨ ਨੰਬਰ 20 ਦੀ ਗੈਲਕਰੀ 2022 ਵਿੱਚ ਪਦਮ ਵਿਭੂਸ਼ਣ ਪ੍ਰਾਪਤ ਕਰਨ ਵਾਲਾ ਪਹਿਲਾ ਪੈਰਾਥਲੀਟ ਕੌਣ ਬਣਿਆ ਸੀ ਦੇਖੋ ਪਦਮ ਵਿਭੂਸ਼ਣ ਆਵਾਰਡ ਮਿਲਿਆ ਤੇ ਪਹਿਲਾ ਆਵਾਰਡ ਮਿਲਿਆ 2022 ਦਾ ਠੀਕ ਹੈ ਕਿਹਨੂੰ ਮਿਲਿਆ ਦੇਵੰਦਰ ਚਾਲੜੀਆ ਨੂੰ ਮਿਲਿਆ ਕਿਉਂਕਿ ਰਾਜਸਥਾਨ ਦਾ ਰਹਿਣ ਵਾਲਾ ਅਥਲੀਟ ਆ ਓਕੇ ਕੁਐਸਚਨ ਨੰਬਰ 21 ਦੀ ਗੱਲ ਕਰੀਏ 2022 ਵਿੱਚ 스위스 오픈 ਮਹਿਲਾ ਸਿੰਗਲਸ ਖਿਤਾਬ ਕਿਸ ਨੇ ਜਿੱਤਿਆ ਤਾਂ ਪੀਵੀ ਸੰਦੂ ਨੇ ਜਿੱਤਿਆ ਠੀਕ ਹੈ ਯਾਦ ਰੱਖਿਓ ਇਗਜ਼ਾਮ ਦੇ ਪੁਆਇੰਟ ਆਫ ਰੋਲ ਬੈਰੀ ਇੰਪੋਰਟੈਂਟ ਕੁਐਸਚਨ ਹੈ ਕੁਐਸਚਨ ਨੰਬਰ 22 ਦੀ ਗੱਲ ਕਰੀਏ ਆਸਟ੍ਰੇਲੀਅਨ ਓਪਨ ਟੈਨਿਸ ਚੈਂਪੀਅਨਸ਼ਿਪ 2022 ਪੁਰਸ਼ ਸਿੰਗਲ ਖਿਤਾਬ ਕਿਸ ਨੇ ਜਿੱਤਿਆ ਇਹ ਮੇਲ ਦੀ ਗੱਲ ਹੋ ਰਹੀ ਹੈ ਦੇਖਿਆ ਮੇਲ ਜਦੋਂ ਆਸਟ੍ਰੇਲੀਅਨ ਓਪਨ ਹੁੰਦਾ ਹੈ ਟੈਨਿਸ ਦੇ ਰਿਗਾਰਡਿੰਗ ਠੀਕ ਹੈ ਇਹ ਚੈਂਪੀਅਨਸ਼ਿਪ 2022 ਦੀ ਕਿਹੜੇ ਮੇਲ ਕਿਦਾ ਵੀ ਗਿੱਤੀ ਆ ਉਹ ਰਾਫੇਲ ਨਿਡਾਨੇ ਜਿੱਤੀ ਆ ਤੇ ਕਈ ਵਾਰ ਪੁੱਛਿਆ ਜਾਂਦਾ ਰਾਫੇਲ ਨਿਡਾਲ ਕਿਹੜੇ ਕੰਟਰੀ ਦਾ ਰਹਿਣ ਵਾਲਾ ਹੈ ਸਪੇਨ ਦਾ ਰਹਿਣ ਵਾਲਾ ਓਕੇ ਕੁਐਸਚਨ ਨੰਬਰ 23 ਦੀ ਗੱਲ ਕਰੀਏ ਵੀਵੋ ਪ੍ਰੋ ਕਬੱਡੀ ਲੀਗ 2022 ਦਾ ਖਿਤਾਬ ਕਿਸ ਨੇ ਜਿੱਤਿਆ ਇਹ ਦਵੰਗ ਦਿੱਲੀ ਨੇ ਹੀ ਜਿੱਤਿਆ ਸੀ ਕੁਐਸਚਨ ਨੰਬਰ 24 ਦੀ ਗੱਲ ਕਰੀਏ ਪੁਰਸ਼ ਦਾ ਅੰਡਰ 19 ਕ੍ਰਿਕਟ ਫਿਸ਼ ਕੱਪ 2022 ਕਿਸ ਦੇਸ਼ ਨੇ ਜਿੱਤਿਆ ਵੈਰੀ ਇੰਪੋਰਟੈਂਟ ਹੈ ਐਗਜ਼ਾਮ ਵਿੱਚ ਅੰਡਰ 19 ਅੰਡਰ 18 ਦੇ ਰਿਗਾਰਡਿੰਗ ਕੁਐਸਚਨ ਪੁੱਛੇ ਜਾਂਦੇ ਨੇ ਤਾਂ ਕਰਕੇ ਯਾਦ ਰੱਖਿਓ ਅੰਡਰ 19 ਕ੍ਰਿਕਟ ਵਿਸ਼ਵ ਕੱਪ 2022 ਭਾਰਤ ਨੇ ਜਿੱਤਿਆ ਸੀ ਤੇ ਇਹ ਲਗਾਤਾਰ ਪੰਜ ਵਾਰ ਅੰਡਰ 19 ਕ੍ਰਿਕਟ ਵਿਸ਼ਵ ਕੱਪ ਜਿੱਤ ਚੁੱਕਿਆ ਭਾਰਤ ਔਕੇ ਯਾਦ ਰੱਖਿਓ ਇਹ ਚੀਜ਼ ਵੀ ਕੁਐਸਚਨ ਨੰਬਰ 5 ਦੀ ਗੱਲ ਕਰੀਏ 2022 ਵਿੱਚ ਪੈਰਾ 3 ਅੰਦਾਜ਼ੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਖੋਣਾ ਠੀਕ ਹੈ ਤੀਰ ਅੰਦਾਜ਼ੀ ਵਿਸ਼ਵ ਚੈਂਪੀਅਨਸ਼ਿਪ ਦੀ ਗੱਲ ਹੋ ਰਹੀ ਹੈ ਦੋਸਤੋ ਜਿਸ ਵਿੱਚ ਪੱਲੇ ਭਾਰਤੀ ਹੈ ਜਿਸ ਨੇ ਚਾਂਦੀ ਦਾ ਤਗਮਾ ਜਿੱਤਿਆ ਤਾਂ ਉਸ ਦਾ ਨਾਮ ਕੀ ਹੈ ਫੀਮੇਲ ਹੈ ਇਹ ਪੂਜਾ ਜਾਤੀਆਂ ਹਰਿਆਣਾ ਦੀ ਰਹਿਣ ਵਾਲੀ ਹੈ ਓਕੇ ਕੁਐਸਚਨ ਨੰਬਰ 26 ਦੀ ਗੱਲ ਕਰੀਏ ਸਯਦ ਮੋਦੀ ਬੈਡਮਿੰਟਨ ਟੂਰਨਾਮੈਂਟ 2022 ਦਾ ਮਹਿਲਾ ਸਿੰਗਲ ਖਿਤਾਬ ਕਿਸ ਨੇ ਜਿੱਤਿਆ ਸਯਦ ਮੋਦੀ ਬੈਡਮਿੰਟਨ ਟੂਰਨਾਮੈਂਟ ਹੈ ਇਸ ਵਿੱਚ ਕਿਹੜੀ ਮਹਿਲਾ ਨੇ ਸਿੰਗਲ ਦਾ ਖਿਤਾਬ ਜਿੱਤਿਆ ਹੈ ਪੀਵੀ ਸਿੰਧੂ ਨੇ ਜਿੱਤਿਆ ਓਕੇ ਕੁਐਸਚਨ ਨੰਬਰ 36 ਦੀ ਗੱਲ ਕਰੀਏ ਕਿਸ ਨੇ ਹਾਲ ਹੀ ਵਿੱਚ ਸਪੋਰਟ ਸਟਾਰ ਐਸਿਸ ਅਵਾਰਡ 2022 ਵਿਚ ਇਸ ਸਪੋਰਟ ਆਫ ਦਾイヤー ਅਵਾਰਡ द खिताब जितता है ठीक है तो सिर्फ एग्जाम यह देखने को मिलेगा कि स्पोर्ट ऑफ ईयर दो हज़ार बई का अवार्ड किसने जितया तो याद रख मेल में है नीरज चोपड़ा तो फीमेल है उन्होंने मीराबाई चानू जो कि लिफ्टर है ठीक है ये नीरज चोपड़ा तो पता है एथलीट है ठीक है जैवलिन थ्रोर है इसके बाद क्वेश्चन नंबर अठाई की गल करिए बीबीसी लाइफ टाइम अवार्ड लाइफ टाइम अचीवमेंट अवॉर्ड दो हज़ार बई किसने जीताम ਮਲੇਸ਼ਵਰੀ ਨੂੰ ਇਹ ਅਵਾਰਡ ਦਿੱਤਾ ਗਿਆ ਠੀਕ ਹੈ ਕੁਐਸਚਨ ਨੰਬਰ 29 ਦੀ ਗੱਲ ਕਰੀਏ 2022 ਟੈਨਿਸ ਟੂਰਨਾਮੈਂਟ ਫ੍ਰੈਂਚ ਓਪਨ ਵੈਰੀ ਇੰਪੋਰਟੈਂਟ ਐਗਜ਼ਾਮ ਵਿੱਚ ਫ੍ਰੈਂਚ ਓਪਨ ਦੇ ਰਿਗਾਰਡਿੰਗ ਕਾਫੀ ਸਵਾਲ ਪੁੱਛੇ ਜਾਂਦੇ ਨੇ ਠੀਕ ਹੈ ਯਾਦ ਰੱਖਿਓ ਫ੍ਰੈਂਚ ਓਪਨ ਪੁਰਸ ਸਿੰਗਲ ਕਿਹਦਾ ਕਿਸ ਨੇ ਜਿੱਤਿਆ ਤਾਂ ਰਾਫਲ ਨਿਡਾਲ ਨੇ ਜਿੱਤਿਆ ਜੋ ਟੈਨਿਸ ਦਾ ਪਲੇਅਰ ਆ ਓਕੇ ਕੁਐਸਚਨ ਨੰਬਰ 30 ਦੀ ਗੱਲ ਕਰੀਏ किी टीम ने फुटबॉल फुट टूर्नामेंट ए एफ सी महिला ठीक है ए एफ सी महिला एशिया कप फुटबॉल का टूरनामेंट है यीज याद रखो कंट्री ने जितते है चीन ने जीत ठीक है क्वेश्चन नंबर थर्टी वन की गल करिए फुटबॉल टूरनामेंट हीरो इंडियन वूमेन दो हज़ार बई का खिताब किसने जीत गोकुलम एफ सी फैन क्लब इस है इसकी फुल फॉर्म गोकुलम फैन क्लब ने यह टूरनामेंट जितया से हीरो इंडियन वूमेन दो हज़ार बई का ਕਵਸਚਨ ਨੰਬਰ 32 ਦੀ ਗੱਲ ਕਰੇ ਖੇਲੋ ਇੰਡੀਆ ਯੂਥ ਗੇਮ 2021 ਮੈਡਲ ਸੂਚੀ ਵਿੱਚ ਕਿਹੜਾ ਰਾਜ ਸਿਖਰ ਤੇ ਸੀ ਸੀ ਠੀਕ ਹੈ 2021 ਵੀ ਜਿਹੜੀ ਖੇਲੋ ਇੰਡੀਆ ਯੂਥ ਗੇਮ ਹੋਈ ਸੀ ਉਸ ਵਿੱਚ ਸਭ ਤੋਂ ਜ਼ਿਆਦਾ 골ਡ ਕਿਨੇ ਜਿੱਤੇ ਸੀ ਹਰਿਆਣਾ ਨੇ ਜਿੱਤੇ ਸੀ ਕਿੰਨੇ 52 골ਡ ਜਿੱਤੇ ਸੀ